लकीर नानका भैन तेरी गोई तो लकीर नानका कहती तेरा पाड़ा मेरे वीर नानका कहती तेरा पाड़ा मेरे वीर नानका भैन तेरी गोई तो लकीर नानका भैन तेरी गोई तो लकीर नानका कहती तेरा पाड़ा मेरे वीर नानका कहती तेरा पाड़ा मेरे वीर नानका शुरुआती दिनों के जो कि टप्पे तो टप्पे की ऐसी नेरी उठी थी उस वे जो रिकॉर्डिंग के नाल उस वे जिन्होंने साथ रहा बहुत लंबा समा साथ रहा मेरा कहने का भाव भी दीपा तुंबी वाला जिन्होंने कि अनेक रिकॉर्डिंगों के अपनी तुंबी प्ले की और बहुत ज़्यादा उन्होंने जोड़े गीत ने हिट हुए बहुत बहुत कलाकार आवाज और शुरुआती जिमें कहते टप्पे टप्पा जो आया अमर सिंह चमकीला की शुरुआत सी उन्होंने दिनों के जिस इंसान ने उन्होंने साथ दिता हारमोनियम के उपर या तुंबी के उपर नए कुलदीप सिंह दीपा जिन्होंने कि प्यार संगीत की दुनिया के दीपा तुंबी वाले के नाम जाने जाता है तो मैं ज़्यादा गल्ला ना करता होया मैं हम अब की आपकी इंटरव्यू इस माणवती इंटरव्यू शुरू कर जा रहे हैं मेरा कहने तो भाव भी हूँ मैं थोड़ा जिस इंसान ने मिला जा रहे हैं उन्हें दीपा तुंबी वाला जी ये बैठे मेरे नाल दीपा तुंबी वाला भाई सत श्री अकाल भाई जी सब तो पहला तो बहुत बहुत धन्यवाद कि तुम सू अपना कीमती समय के समा कट के समा दिता मेरे लिए और पंजाबी जगत के पंजाबी संगीत को प्यार करने वाले स्रोतों लिए यह अज एक सुभाग भरया दिन है कि थोड़े को दर्शन कर रहे हैं क्योंकि क्योंकि तुम वो इंसान हो जिसने कि गाणा जो जोड़ी के सरदार सरदार अमर सिंह चमकीला जी बहुत लंबा समा साथ निभाया हूँ मैं ज़्यादा उन्होंने बारे गल्डे मूहों सुनना चाहूँगा अभी मैं आपकी इंटरव्यू शुरू कर लग्या तुम मैं दीपा जी ये दसो कि थोड़ा जन्म कितने होया मेरा जन्म पिंड पंजाला जी जिला फरीदकोट लंबी ब्लाक लंबी ब्लाक उत्थे होया अच्छा जी थोड़े परिवार के होर भी कोई संगीत ना पहला शौक रखता कोई नहीं होर तो नहीं रखता जी पिछो ਸੀਗਾ ਮਾੜਾ ਮੋਟਾ ਬੜਾ ਬਹੁਤਾ ਸੀਗਾ ਇੰਨਾ ਜ਼ਿਆਦਾ ਲੁਧਿਆਣੇ ਕਿਸ ਸਾਲ ਆਉਣਾ ਹੋਇਆ ਲੁਧਿਆਣੇ ਮੈਨੂੰ ਮੁੰਬਈ ਦਾ ਸ਼ੌਕ ਸੀ ਸ਼ੁਰੂ ਤੋਂ ਜੀ ਤੀਜੀ ਚੌਥੀ ਕਲਾਸ 'ਚ ਮੈਂ ਪੜ੍ਹਦਾ ਸੀ ਜਦੋਂ ਹਾਂਜੀ ਉਦੋਂ ਮੈਨੂੰ ਇਹ ਤੁੰਬੀ ਨਾਲ ਮਾੜਾ ਮਾੜਾ ਗਾਉਣਾ ਆ ਗਿਆ ਉੱਥੇ ਮੈਨੂੰ ਸੁਣਦੇ ਸੀ ਜਦੋਂ ਹਾਂਜੀ ਉੱਥੋਂ ਫਿਰ ਮੇਰੇ ਘਰਦਿਆਂ ਨੇ ਮੈਨੂੰ ਇੱਦਾਂ ਗਾਉਣਾ ਕਰਤਾ ਜਦੋਂ ਮੈਂ ਲੁਧਿਆਣੇ ਆਇਆ ਨਾ ਫਿਰ ਮੈਂ ਉੱਧਰ ਗੁਰਨਾਮ ਸਿੰਘ ਸਰਨਾ ਜੀ ਕੋਲ ਵੀ ਰਿਹਾ ਉੱਥੋਂ ਮੈਨੂੰ ਇੱਧਰ ਆਉਣਾ ਪਿਆ ਫਿਰ ਮੈਂ ਪਰਮਿੰਦਰ ਸੰਧੂ ਹੋਰ ਕੋਲ ਵੀ ਰਿਹਾ ਜੀ ਹਾਂਜੀ ਉਸ ਤੋਂ ਬਾਅਦ ਪਿਆਰਾ ਸਿੰਘ ਪੰਛੀ ਜੀ ਮੈਨੂੰ ਸਿੰਦਰੀ ਬਾਬਲੇ ਛੱਡ ਗਏ ਜੀ ਉੱਥੋਂ ਹੀ ਮੈਂ ਸੇਵਾ ਕਰਦਾ ਕਰਦਾ ਇਸ ਤਰ੍ਹਾਂ ਇੱਕ ਦਿਨ ਮੈਨੂੰ ਸ਼ੌਕ ਸੀਗਾ ਮੈਂ ਇੱਥੇ ਆਉਣਾ ਇਸ ਮਾਰਕੀਟ 'ਚ ਇੱਥੇ ਫਿਰ ਮੇਰਾ ਅਮਰ ਸਿੰਘ ਚਮਕੀਲਾ ਦੇ ਕੇ ਸਰ ਟਿੱਕੀ ਨਾਲ ਮੁਲਾਕਾਤ ਹੋਈ ਜਾਣੀ ਤੁਹਾਨੂੰ ਅਮਰ ਸਿੰਘ ਚਮਕੀਲਾ ਦਾ ਜੋ ਜ਼ਰੀਆ ਬਣਿਆ ਉਸ ਤੋਂ ਪਹਿਲਾਂ ਵੀ ਤੁਸੀਂ ਇੱਥੇ ਦਫ਼ਤਰਾਂ ਦੇ ਚੱਕਰ ਲਗਾਉਣੇ ਸ਼ੁਰੂ ਕਰ ਹਾਂਜੀ ਹਾਂ ਮੈਨੂੰ ਸ਼ੌਕ ਸੀ ਮੈਂ ਇੱਥੇ ਆਵਾਂ ਇਸ ਮਾਰਕੀਟ ਮਾਰਕੀਟ ਵਿੱਚ ਇਸ ਤਰ੍ਹਾਂ ਮੇਰਾ ਫਿਰ ਇਹਨਾਂ ਨਾਲ ਮੇਲ ਹੋ ਗਿਆ ਜੀ ਮੇਲ ਹੋ ਗਿਆ ਹਾਂਜੀ ਅੱਛਾ ਦੀਪਾ ਜੀ ਜਿਵੇਂ ਤੁਸੀਂ ਦੱਸਿਆ ਵੀ ਤੁਹਾਡੇ ਪਰਿਵਾਰ ਦੇ ਵਿੱਚ ਹੈ ਨਹੀਂ ਸੀ ਤੁਹਾਨੂੰ ਕਿਸ ਕਲਾਕਾਰ ਨੂੰ ਦੇਖ ਕੇ ਸ਼ੌਕ ਪਿਆ ਇਸ ਲਾਈਨ ਦਾ ਉਸ ਤੋਂ ਪਹਿਲਾਂ ਤਾਂ ਜੀ ਜਦੋਂ ਆਉਂਦੇ ਸੀਗੇ ਯਮਲਾ ਜੀ ਦੇ ਗਾਣੇ ਸੀ ਜੀ ਹਾਂ ਸਤਿਗੁਰਾਂ ਤੇਰੀ ਲੀਲਾ ਨਿਆਰੀ ਹੈ ਇਹ ਚੱਲਦੇ ਸੀ ਉੱਥੇ ਜਦੋਂ ਬਨੇਰਾ ਦੇ ਲੱਗਦੇ ਸੀ ਹਾਂ ਫਿਰ ਆ ਗਏ ਸੀਗੇ ਮੁਹੰਮਦ ਸਿੰਘ ਜੀ ਦੇ ਗਾਣੇ ਜੀ ਉਹ ਵੀ ਬੜੇ ਪਸੰਦ ਆਏ ਜੀ ਇਸ ਤਰ੍ਹਾਂ ਹੀ ਪਸੰਦ ਆਏ ਉਦੋਂ ਇਹੀ ਸੀ ਜ਼ਿਆਦਾ ਮਸ਼ਹੂਰ ਕਲਾਕਾਰ ਇਹਨਾਂ 'ਚ ਸਾਨੂੰ ਬੜਾ ਉਤਸ਼ਾਹ ਮਿਲਿਆ ਸਾਡੀ ਚੇਟ ਕਲਾਕੀ ਅੱਛਾ ਤੁਹਾਡੀ ਪੜ੍ਹਾਈ ਕਿੱਥੋਂ ਤੱਕ ਦੀ ਪੰਜ ਤੱਕ ਪਰ ਜਿਹੜੇ ਤੁਹਾਡੇ ਗਾਣੇ ਅਸੀਂ ਸੁਣਨ ਨੂੰ ਮਿਲਦੇ ਨੇ ਜਿਹੜੇ ਤੁਹਾਡੇ ਲਿਖੇ ਹੋਏ ਨੇ ਉਹਦੇ ਵਿੱਚ ਜਾਣੀ ਇਹ ਕਹਿ ਨਹੀਂ ਸਕਦੇ ਵੀ ਇੱਕ ਪੰਜ ਪੜ੍ਹੇ ਹੋਏ ਬੰਦੇ ਸੀ ਇੰਨੀ ਉੱਚੀ ਸੋਚ ਹੁੰਦਾ ਉਹ ਤਾਂ ਜੀ ਹੁਣ ਰੱਬ ਦੀ ਮਰਜ਼ੀ ਹੁੰਦੀ ਉੱਧਰ ਨੂੰ ਲਿਵ ਲੱਗ ਜਾਂਦੀ ਜਦੋਂ ਦੇਖਿਆ ਜਾਂਦਾ ਅਸੀਂ ਕਿਹਾ ਕੋਈ ਲਿਖੀਏ ਹਾਂਜੀ ਅਤੇ ਸਾਡੇ ਵਿੱਚ ਤਾਂ ਉੱਦਾਂ ਸ਼ੁਰੂ ਤੋਂ ਹੀ ਸੀਗਾ ਮਾੜਾ ਮਾੜਾ ਉਦੋਂ ਇੰਨੇ ਨਹੀਂ ਸਹੀ ਗਾਣੇ ਲਿਖੇ ਜਾਂਦੇ ਜੀ ਇੱਦਾਂ ਹੌਲੀ ਹੌਲੀ ਸ਼ੁਰੂ ਹੋ ਗਏ ਫਿਰ
बच्चे चार बच्चे जी, एक गुड़ी दा मैं ब्याह थी, दो गुड़िया रह ₹1,000 मिलूगा ਇਸ ਤਰ੍ਹਾਂ ਕਰਕੇ ਅਸੀਂ ਜੀ ਬਹੁਤ ਇੱਕ ਕਲਾਕਾਰ ਸ਼ੋਸ਼ਣ ਦੀ ਇੱਕ ਤਸਵੀਰ ਹੈ ਸਾਹਮਣੇ ਤੁਹਾਡੇ ਵੀ ਇਸ ਇਨਸਾਨ ਦੀ ਤੁਹਾਡੇ ਕੰਪਿਊਟਰ ਦੇ ਵਿੱਚ ਪਾ ਕੇ ਉਹ ਪਰ ਸਾਨੂੰ ਬੈਲਸ ਕਰਦੇ ਕਰਦੇ ਰੱਖ ਲੈਂਦੇ ਆ ਉਦਾਂ ਦੇ ਗਾਣੇ ਹੁੰਦੇ ਉਹ ਕਿਤੇ ਕਿਤੇ ਬੁਲਾਉਂਦੇ ਹੁਣ ਤਾਂ ਬਹੁਤ ਹੋਰ ਕੰਮ ਪਹਿਲਾਂ ਸੀਗਾ ਕੰਮ ਸੀਗਾ ਜਿਹੜੀ ਚੱਲ ਦਿੰਦੀ ਸੀ ਹੁਣ ਨਹੀਂ ਮੈਂ ਅਖਰੀ ਤੁਸੀਂ ਇਸ ਲਾਈਨ ਦੇ ਵਿੱਚ ਫਿਰ ਕਿਸੇ ਨੂੰ ਉਸਤਾਦ ਸੰਦਰ ਚਿੰਦਾ ਜੀ ਹਾਂਜੀ ਹਾਂਜੀ ਸੰਦਰ ਚਿੰਦਾ ਜੀ ਨੂੰ ਉਸਤਾਦ ਤਾਂ ਮੈਨੂੰ ਪਤਾ ਲੱਗਿਆ ਜੀ ਤੁਸੀਂ ਇਸ ਲਾਈਨ ਦੇ ਸੰਦਰ ਚਿੰਦਾ ਜੀ ਨੂੰ ਉਸਤਾਦ ਤਾਂ ਹਾਂਜੀ ਹਾਂਜੀ ਕਹਿੰਦੇ ਵੀ ਮੈਂ ਕਿਹਾ ਮਾੜਾ ਉਹ ਵੀ ਹੋਵੇ ਜੀ बड़ी चलती आ रही गद्दी बहुत अच्छे राइटर ने बहुत कलाकार जिवे राणा चंडीगढ़िया हो गया जो कई कलाकार ने जिन्होंने गीत जो रिकॉर्ड करवा चुके ने पर मैं शिकवा जरूर है कई इंसान नाम लेना भी इन्होंने तो लखा रुपये कमा रहे होंगे उन्होंने कमा भी रहे नहीं गीत कमाए हो गए पर इस इंसान का नाम लेना भी कई बार बड़ा बुरा लगता है बीमार है ਜੇ ਤੂੰ ਸ਼ੁਰੂ ਹੋ ਜਾ ਤਾਂ ਆਪਾਂ ਪ੍ਰੋਗਰਾਮ ਤੇ ਜਾਣਾ ਕਰਾਂਗੇ ਫਿਰ ਮੈਂ ਪ੍ਰੋਗਰਾਮ ਤੇ ਜਾਣ ਲੱਗ ਪਿਆ ਉਹ ਸੁੰਦਰ ਸੋਨੀਆ ਗਾਉਂਦੀ ਸੀ ਜੀ ਤੇ ਉਦੋਂ ਫਿਰ ਅਸੀਂ ਕਰਾ ਕੇ ਆਏ ਜੀ ਪਹਿਲਾ ਗਾਣਾ ਟੱਕੇ ਟੱਕੇ ਖੜਕੇ ਟੱਕੇ ਟੱਕੇ ਹਾਂਜੀ ਇਹ ਜਾਣੀ ਤੁਹਾਡੀ ਦੇਖ ਰੇਖ ਦੇ ਵਿੱਚ ਰਿਕਾਰਡ ਹੋ ਗਿਆ ਹਾਂਜੀ ਹਾਂਜੀ ਐਚਐਮਵੀ ਚ ਲੈ ਗਏ ਮੈਨੂੰ ਉੱਥੇ ਕਹਿੰਦੇ ਚੱਲ ਤੂੰ ਵੀ ਤੂੰ ਵਜਾ
फिर मेनू दुनिया सारी ले जान लग पी फिर ओथो मेरा नाम दीपा तुम्बी वाला शुरू हो गया दीपा तुम्बी वाला शुरू हो गया। अच्छा जी मैं चाहूंगा भी तुसी उस गाने दे विचों जिहड़ा टप्पे टप्पे दे ओदे विचों एक भी किसे गीत दे जे सानू मतलब दस दस अच्छा ओ मैं तां दा हां जी टप्पे टप्पे किसे भी एक दे विचों कुछ वाक्य इस तरह याद है जिस तरह लगता उस कलाकार विश्वास पहले ही इना बन चुका एक दिन स्टार होगा जो असि उ गए जी मतलब पता से बहुत मेहनत करते जी हाँ जी ओनू पूरा विश्वास मैं बनने कलाकार थोड़ा जो तो बीमार भी हो गए थे गाने च पता भी लगता जुकाम होया गाना हिट गया इस तरह ज्यादा देखो जी एक मेहनत करते बहुत ज्यादा कंपोजिशन अच्छी बनानी गाने अच्छे बनाने चंगी तरह बना के जो चंगा लगे इसे करके ना ज्यादा बनिया मेहनत नगता बिलकुल बिलकुल उस वे जो स्टार्टिंग की उस वे मार्केट मेहनत मिलता हाँ जी जो मेहनत उस वे अच्छा ओदो जो हारमोनियम से मैं उदो मेरी पहला 45 रुपए तो शुरू हुई थी पेमेंट लुधियाने जी 80 तक हो गई सी जदों चमकीले नाल असीं हटे आं 87 च फिर मेरा इधर मैनूं दिल्ली लोकी बोले जाण लग पए सी अच्छा जी रिकॉर्डिंग दे उपर हां जी इह तां गल प्रचलित है ਵੀ ਐਚ ਐਮ ਬੀ ਦੇ ਵਿੱਚ ਜਿੰਨਾ ਦੀਪੀ ਤੁੰਬੇ ਵਾਲਿਆਂ ਨੇ ਕਲਾਕਾਰ ਦੇ ਨਾਲ ਮਤਲਬ ਤੁੰਬੀ ਪਲੇ ਕੀਤੀ ਹੋਈ ਹੈ ਸ਼ਾਇਦ ਕਿਸੇ ਨੇ ਕੀਤੀ ਹੋਵੇ ਸੋਨੂ ਟੋਨ ਕੰਪਨੀ ਸੀ ਜਦੋਂ ਗੁੱਜਾ ਸਾਹਿਬ ਜਾਂਦੇ ਉੱਥੇ ਮੈਨੂੰ ਬਹੁਤ ਕਲਾਕਾਰ ਅੰਮ੍ਰਿਤਸਰ ਦੇ ਵੀ ਤੇ ਸਾਰੇ ਜਿੰਨੇ ਵੀ ਸੀ ਕਲਾਕਾਰ ਲਿਆਉਂਦੇ ਸੀ ਫਿਰ ਮੈਨੂੰ ਥੋੜ੍ਹਾ ਉੱਥੇ ਬਹੁਤ ਜਾਣਾ ਪੈਂਦਾ ਸੀਗਾ ਕਦੇ ਕਦੇ ਇੱਧਰੋਂ ਮੈਂ ਪ੍ਰੋਗਰਾਮ ਮਿਸ ਹੋ ਜਾਂਦੇ ਸੀ ਮੇਰੇ ਅੱਛਾ ਜੀ ਉੱਦਾਂ ਮੈਂ ਰਹਿੰਦਾ ਜ਼ਿਆਦਾ ਚਮਕੀਲੇ ਨਾਲ ਸੀ ਕਰਦਾ ਠੀਕ ਹੈ ਜੀ ਉਸ ਵੇਲੇ ਅਮਰ ਸਿੰਘ ਚਮਕੀਲਾ ਜੀ ਨਾਲ ਸੋਨੀਆ ਪਹਿਲਾਂ ਪਹਿਲਾਂ ਜਾਂਦੀ ਰਹੀ ਪਹਿਲਾਂ ਸੋਨੀਆ ਫਿਰ ਉਸ ਤੋਂ ਬਾਅਦ ਅਮਰਜੋਤ ਉਹਨਾਂ ਨਾਲ ਵੀ ਤੁਸੀਂ ਕੰਮ ਕੀਤਾ ਹਾਂਜੀ ਹਾਂਜੀ ਉਹਨਾਂ ਦੀ ਕੋਈ ਕੁਆਲਿਟੀ ਕੋਈ ਮੂਵੀ ਲੱਗੀ ਅਮਰਜੋਤ ਤੇ ਬਹੁਤ ਵਧੀਆ ਜੀ ਉਹਨਾਂ ਦੀ ਕੁਆਲਿਟੀ ਅੱਛੀ ਸੀਗੀ ਗਾਉਂਦੇ ਅੱਛਾ ਸੀਗੇ ਆਵਾਜ਼ ਸੀ ਬਹੁਤ ਠੋਸ ਆਵਾਜ਼ ਸੀ ਬਾਕੀ ਫਿਰ ਜਦੋਂ ਚਮਕੀਲਾ ਜੀ ਨਾਲ ਆ ਕੇ ਇੰਨੀ ਮਿਹਨਤ ਕੀਤੀ ਕਿ ਬੁਲੰਦੀਆਂ ਤੇ ਪਹੁੰਚ ਗਏ ਤੇ ਜਿੱਥੇ ਕਿ ਸਾਡਾ ਵੀ ਨਾਮ ਬਣ ਗਿਆ ਸਾਨੂੰ ਵੀ ਚਲੇ ਗਿਆ ਰੱਬ ਕੋਲ ਕੋਈ ਗੱਲ ਨਹੀਂ ਸਾਹਮਣੇ ਜਾਣਾ ਪਰ ਸਾਡਾ ਵੀ ਰੋਟੀ ਪਾਣੀ ਤੋਰ ਕੇ ਬਹੁਤ ਸਾਨੂੰ ਘਾਟਾ ਪਿਆ ਵੈਸੇ ਮਹਿਸੂਸ ਬਹੁਤ ਹੁੰਦਾ ਬੁਰਾ ਕੰਮ ਹੋਇਆ ਜੋ ਵੀ ਬੁਰਾ ਹੋਇਆ ਜੋ ਵੀ ਹੋਇਆ ਬੁਰਾ ਹੋਇਆ ਪਰ ਉਹਨਾਂ ਨੇ ਜਿਵੇਂ ਕਹਿੰਦੇ ਲਿਖੀ ਹੋਈ ਅੱਛਾ ਦੀਪਾ ਜੀ ਇਹ ਜਿਵੇਂ ਤੁਸੀਂ ਦੱਸਿਆ ਵੀ ਦੀਪਾ ਤੁੰਬੀ ਵਾਲਾ ਇਹ ਨਾਮ ਤੁਹਾਨੂੰ ਕਿਹਨੇ ਦਿੱਤਾ ਦੀਪਾ ਕੁਲਦੀਪ ਦੀਪਾ ਮੇਰਾ ਨਾਮ ਸੀ ਜੀ ਪਹਿਲਾਂ ਜੀ ਤੇ ਸੁਰਿੰਦਰ ਸਿੰਘ ਪਰਦੇਸੀ ਜੀ ਨੇ ਰੱਖਿਆ ਸੀ ਮੇਰਾ ਨਾਮ ਅੱਛਾ ਉਹਨਾਂ ਕੋਲੇ ਮੈਂ ਸਿੱਖਦਾ ਹੁੰਦਾ ਸੀ ਜੀ ਪਹਿਲਾਂ ਉੱਥੋਂ ਮੇਰਾ ਨਾਮ ਕਰੇ ਉਹਨਾਂ ਨੇ ਕਹਿਤਾ ਵੀ ਤੇਰਾ ਨਾਮ ਕੁਲਦੀਪ ਸਿੰਘ ਆ ਮਗਾ ਕਹਿੰਦੇ ਮੇਰਾ ਵੀ ਪਹਿਲਾਂ ਹੁੰਦਾ ਸੀ ਸ਼ਕੇਰ ਦਾ ਨਾਮ ਗੁਰਦੀਪ ਦੀਪਾ ਤੇਰਾ ਨਾਮ ਕੁਲਦੀਪ ਦੀਪਾ ਤੇਰਾ ਨਾਮ ਕੁਲਦੀਪ ਫਿਰ ਇੱਦਾਂ ਵਿੱਚ ਜਾ ਕੇ ਫਿਰ ਦੀਪਾ ਤੁੰਬੀ ਵਾਲਾ ਹੋ ਗਿਆ ਇਹ ਤੁੰਬੀ ਮਸ਼ਹੂਰ ਹੋ ਗਈ ਤੁੰਬੀ ਇੱਦਾਂ ਦੀਪਾ ਤੁੰਬੀ ਵਾਲਾ ਹੁੰਦਾ ਹੁਣ ਇਸ ਤਰ੍ਹਾਂ ਦੀਪਾ ਤੁੰਬੀ ਵਾਲਾ ਤੁਸੀਂ ਅਮਰ ਸਿੰਘ ਚਮਕੀਲਾ ਜੀ ਦੇ ਨਾਲ ਬਹੁਤ ਸੰਪਾ ਕੰਮ ਕੀਤਾ ਉਹ ਇਸ ਤਰ੍ਹਾਂ ਦੀ ਕੰਪੋਜੀਸ਼ਨ ਜਾਂ ਤਿਆਰ ਕਰਦੇ ਹੋਏ ਵੀ ਤੁਸੀਂ ਤੁਹਾਨੂੰ ਇਹ ਜਾਂ ਤੁਹਾਡੀ ਬਣਾਈ ਉਹਨੂੰ ਜ਼ਿਆਦਾ ਪਸੰਦ ਆ ਗਈ ਹੋਵੇ ਹਾਰਮੋਨੀਅਮ
बाद
ਪੇਮੈਂਟ ਵੀ ਕਹਿੰਦੇ ਨਾਲ ਦੇ ਨਾਲ ਸਭ ਕੁਝ ਕਲਾਕਾਰ ਨੇ ਕਰ ਉਸ ਦਾ ਨਹੀਂ ਬਿਲਕੁਲ ਨਹੀਂ ਹਾਂ ਆਉਂਦੇ ਆਉਂਦੇ ਮਿਲ ਜਾਂਦੀ ਸੀਗੀ ਉੱਤਰ ਲੱਗਿਆ ਹਾਂਜੀ ਜਦੋਂ ਦਫ਼ਤਰਾਂ ਪੜਤਾਲ ਨਾ ਹਾਂਜੀ ਸਾਰੀ ਪੇਮੈਂਟ ਕਲੀਅਰ ਹੋ ਜਾਂਦੀ ਕਲੀਅਰ ਹੋ ਜਾਂਦੀ ਅੱਛਾ ਦੀਪਾ ਤੁੰਗਵਾਲਾ ਜੀ ਤੁਸੀਂ ਜਿਵੇਂ ਦੱਸਿਆ ਵੀ ਉਹਨਾਂ ਨਾਲ ਤੁਸੀਂ ਇੰਨਾ ਸਮਾਂ ਕੰਮ ਕੀਤਾ ਅਮਰਜੋਤ ਦਾ ਤੁਸੀਂ ਇਹ ਗੱਲ ਮੰਨਦੇ ਹੋ ਵੀ ਅਮਰਜੋਤ ਦਾ ਉਸਦੀ ਚੜ੍ਹਤ ਦੇ ਵਿੱਚ ਬਰਾਬਰ ਦਾ ਰੋਲ ਰਿਹਾ ਹਾਂਜੀ ਹਾਂਜੀ ਜਦੋਂ ਤੁਸੀਂ ਜਾਂਦੇ ਸੀ ਉਦੋਂ ਅੰਬੈਸਡਰ ਕਾਰ 1786 ਹੁੰਦੀ ਸੀ 1786 ਔਰ ਅਮਰ ਸਿੰਘ ਚਮਕੀਲਾ ਆਪ ਕਿਹਨੂੰ ਜ਼ਿਆਦਾ ਪਸੰਦ ਕਰਦਾ ਸੀ ਮੇਹਨਤ ਕਰੀ ਜਾਣਾ ਕੋਈ ਗਾਣਾ ਲੇਖਾ ਤੋਂ ਪਤਾ ਮਨ ਚ ਹੁੰਦਾ ਜਦੋਂ ਲਾਲ ਮਰੂਤੀ ਅੰਮ੍ਰਿਤਸਰ ਦੇ ਪਾਲੀ ਦੀ ਦਵਾਲੀਆ ਬਨਾਰਸੀ ਫੁੱਲ ਤੇ ਆਪਣੇ ਸੀਤਲ ਸੀਮਾ ਜੀ ਇਹਨਾਂ ਨਾਲ ਵੀ ਤੇ ਹੋਰ ਕਈ ਕਲਾਕਾਰ ਜਿਹੜੇ ਉਦੋਂ ਉਦੋਂ ਜਾਂਦੇ ਸੀ ਮੈਨੂੰ ਉਸ ਤੋਂ ਬਾਅਦ ਜਿਹੜੇ ਹੁਣ ਕਲਾਕਾਰ ਆਏ ਸੀਗੇ ਜਿਵੇਂ ਬਲਕਾਰ ਨਖੀਲਾ ਬਲਕਾਰ ਸਿੱਧੂ ਮਾਝੇ ਦੀ ਮੋਮਬੱਤੀ ਇਹ ਆ ਗਏ ਫਿਰ ਜਿਵੇਂ ਕਮਲ ਹੀਰ ਦੀ ਪਹਿਲੀ ਕੈਸਟ ਛੜਿਆ ਚ ਭਜਨ ਕਰੇ ਇਹ ਵੀ ਸਾਰੀ ਮੇਰੀ ਬੱਚੀ ਹੋਈ ਹੈ ਇਸ ਤਰ੍ਹਾਂ ਸਾਰਾ ਫਿਰ ਜਿਵੇਂ ਹੁਣ ਆ ਗਏ ਮਹਾਰਾਜਾ ਕੈਸਟ ਉਹਦੇ ਉੱਤੇ ਨਾਮ ਵੀ ਲਿਖਿਆ ਆ ਮੇਹਨਤ ਕਰਕੇ ਜਾਣਾ ਪੈਂਦਾ ਸੀ ਔਖਾ ਸੀ ਉਦੋਂ ਮੇਹਨਤ ਕਰਕੇ ਜਾਂਦੇ ਸੀਗੇ ਤੇ ਸਾਨੂੰ ਤਾਂ ਉਹ ਵੀ ਸੌਖਾ ਲੱਗਦਾ ਤੇ ਤੁਹਾਨੂੰ ਹਾਰਮੋਨੀਅਮ ਦੀ ਸਿੱਖਿਆ ਤੁਸੀਂ ਕਿੰਨਾ ਤੋਂ ਲਈ ਇਹਨਾਂ ਤੋਂ ਸਾਲ ਕਿਉਂ ਉਤਾਰਿਆ ਹਾਰਮੋਨੀਅਮ ਤੇ ਆ ਕੇ ਜੀ ਏਦਾਂ ਮੈਨੂੰ ਜਦੋਂ ਪਰਮਿੰਦਰ ਕੋਲ ਸੀਗਾ ਮੈਂ ਉਹ ਕਹਿੰਦੇ ਤੂੰ ਮਾੜਾ ਮਾੜਾ ਹਾਰਮੋਨੀਅਮ ਸ਼ੁਰੂ ਕਰ ਮੈਂ ਕਿਹਾ ਮੈਨੂੰ ਤਾਂ ਆਉਂਦਾ ਨੀ ਉਦੋਂ ਪੈਰਾਂ ਪੰਛੀ ਨਾਲ ਰੋਂਦੇ ਸੀਗੇ ਫਿਰ ਮੇਰਾ ਮਾੜਾ ਮਾੜਾ ਹੱਥ ਚੱਲ ਪਿਆ ਏਦਾਂ ਸ਼ੁਰੂ ਕਰਾ ਦਿੱਤੀ ਉਹਨਾਂ ਨੇ ਫਿਰ ਆ ਕੇ ਚਮਕੀਲੇ ਕੋਲ ਆ ਕੇ ਫਿਰ ਮੈਨੂੰ ਪਤਾ ਲੱਗਿਆ ਹਾਂ ਵੀ ਏਦਾਂ ਏਦਾਂ ਕਰਕੇ ਦੇਖ ਦੇਖ ਕੇ ਫਿਰ ਉਹਨੇ ਦੋ ਤਿੰਨ ਚਾਬੀਆਂ ਦੱਸੀਆਂ ਫਿਰ ਉਹਨਾਂ ਦਾ ਨਾ ਸ਼ੁਰੂ ਹੋ ਗਿਆ ਫਿਰ ਕੁਛ ਹੋਰਨਾਂ ਕੋਲ ਵੀ ਲੈ ਲਿਆ ਜੋ ਚੰਗਾ ਪਾਉਣਾ ਲੈ ਲਓ ਕਿਸੇ ਤੋਂ ਤਾਂ ਬਣਦੀ ਗੱਲ ਬਿਲਕੁਲ ਬਿਲਕੁਲ
अच्छा दीपा जी जिम्मे बहुत कलाकार करतार रम दे भी किसी गीत दे विच तुहाडी वजी है एक एक एलपीसी ਉਹਦਾ ਅੰਦਰਲੋ ਕੀਤਾ ਸੀ ਉੱਥੇ ਮਰਜੀ ਹੋਰ ਅੱਛਾ ਜੀ ਬੜਾ ਬਾਤ ਹੋ ਜਾਂਦਾ ਮਾਝੇ ਦੀ ਮੋਮਬਤੀ ਤੁਸੀਂ ਆ ਥੋੜੇ ਪਹਿਲਾਂ ਬਕਾਰ ਚ ਤੋਂ ਲਿਆ ਉਹਦੇ ਵਿੱਚ ਵੀ ਹਾਂ ਮਾਝੇ ਦੀ ਮੋਮਬਤੀ ਆਪਣਾ ਅੱਛਾ ਜੀ ਅਰਾਮਰ ਸਿੰਘ ਚੁੰਗੀਲਾ ਜੀ ਨਾਲ ਜਦੋਂ ਤੁਸੀਂ ਦਿੱਲੀ ਜਾਂਦੇ ਸੀ ਤੁਸੀਂ ਇਥੋਂ ਉਸ ਵੇਲੇ ਸਮਾਂ ਦੇ ਵਿੱਚ ਟ੍ਰੇਨ ਤੇ ਜਾਂਦੇ ਹੁੰਦੇ ਸੀ ਜਾਂ ਆਪਣੀ ਗੱਡੀ ਚ ਨਹੀਂ ਟ੍ਰੇਨ ਤੇ ਤਾਂ ਪਹਿਲਾਂ ਇੱਕ ਦੋ ਵਾਰੀ ਗਏ ਮੁੜ ਕੇ ਤਾਂ ਫਿਰ ਆਪਣੀ ਗੱਡੀ ਜਾਂਦੀ ਹੈ ਅੱਛਾ ਜੀ ਉੱਥੇ ਰਾਤ ਰੁਕਦੇ ਹੁੰਦੇ ਸੀ ਜੀ ਰਾਤ ਉੱਥੇ ਹਫ਼ਤਾ ਲੱਗ ਜਾਂਦਾ ਸੀ ਅੱਛਾ ਜੀ ਉਸ ਵੇਲੇ ਰਿਕਾਰਡ ਵਿੱਚ ਹਫ਼ਤਾ ਲੱਗ ਜਾਂਦਾ ਸੀ 8-7 ਘੰਟੇ ਲੱਗ ਜਾਂਦੇ ਸੀ ਮੈਂ ਹੁਣ ਚਾਹਾਂਗਾ ਇੰਟਰਵਿਊ ਖਤਮ ਕਰਨ ਤੋਂ ਪਹਿਲਾਂ ਵੀ ਜਿਹੜੀ ਪਹਿਲੀ ਆਪਣੀ ਰਿਕਾਰਡਿੰਗ ਹੋਈ ਟੱਕੂ ਦਾ ਟੱਕੂਆ ਵੀ ਉਹਦੀ ਕੋਈ ਗੱਲਬਾਤ ਸਾਡਾ ਸਮਝੀ ਕਰੋ ਵੀ ਉਹਦਾ ਸਵਭਾਵ ਕਿਵੇਂ ਬਣਿਆ ਟੱਕੂ ਦਾ ਟੱਕੂਆ ਹੋਣ ਦਾ ਵੀ ਇਹ ਕਿਵੇਂ ਜੋੜੀਏ ਉਦੋਂ ਪਹਿਲਾਂ ਸਟੇਜਾਂ ਤੇ ਜਾਂਦੇ ਹੁੰਦੇ ਸੀ ਇਕੱਠੇ ਜੇ ਇਹਨੂੰ ਕਿਵੇਂ ਪਤਾ ਲੱਗੇ ਵੀ ਆਪਾਂ ਇੱਕ ਗੀਤ ਰਿਕਾਰਡ ਕਰਵਾ ਕੇ ਦੇਖੀਏ ਦੇਖੋ ਜਦੋਂ ਕਲਾਕਾਰਾਂ ਨੂੰ ਇਹ ਤਾਂ ਹੁੰਦਾ ਮੇਰੇ ਰਿਕਾਰਡ ਹੋਣ ਜੀ ਜਦੋਂ ਇਹ ਗਾਉਣ ਲੱਗ ਪਏ ਸੋਨੀਆ ਜੀ ਨਾਲ ਹਾਂਜੀ ਉਹਨਾਂ ਨੇ ਗਾਣਾ ਕੱਢ ਲਿਆ ਸਟੇਜਾਂ ਤੇ ਜਾਂਦੇ ਸੀਗੇ ਹਾਂਜੀ ਫਿਰ ਸਟੇਜਾਂ ਤੋਂ ਕਹਿੰਦੇ ਰਿਕਾਰਡ ਕਰਾ ਕੇ ਆਉਣੇ ਆ ਉੱਥੋਂ ਡੇਟ ਇਹਨਾਂ ਨੂੰ ਮਿਲ ਗਈ ਸੀ ਮਨਜੀਰ ਅਹਿਮਦ ਕੋਲੋਂ ਤੇ ਮੇਰਾ ਵੀ ਸਭ ਨਾਲ ਬਣ ਗਿਆ ਉੱਥੇ ਜਾ ਕੇ ਗਾਣਾ ਕਰਾਤਾ ਜੀ ਗਾਣਾ ਹਿੱਟ ਹੋ ਗਿਆ ਉੱਚਾ ਸਾਹਿਬ ਦਾ ਮਿਊਜ਼ਿਕ ਸੀ ਇੱਥੋਂ ਪਰ ਸਾਰੇ ਗੱਡੇ ਵਰਗੇ ਵੀ ਰੋਟੀ ਜੋਗੇ ਹੋ ਗਏ ਹਾਂਜੀ ਤੁਸੀਂ ਉਦੋਂ ਪਹਿਲਾਂ ਵੀ ਇਹਨਾਂ ਨਾਲ ਸਟੇਜਾਂ ਤੇ ਜਾਂਦੇ ਹੁੰਦੇ ਸੀ ਨਹੀਂ ਉਦੋਂ ਪਹਿਲਾਂ ਨਹੀਂ ਮੈਂ ਤਾਂ ਉਦੋਂ ਹੀ ਬਸ ਜਾਣੀ ਫਸਟ ਤੁਹਾਡੀ ਜਿਹੜੀ ਇੱਥੋਂ ਹੀ ਅਸਲੀ ਕੰਮ ਇੱਥੇ ਹੋਇਆ ਇੱਥੋਂ ਹੋਇਆ ਚਮਕੀਲਾ ਚਮਕੀਲਾ ਜੀ ਨਾਮ ਅਸਲ ਚਮਕੀਲਾ ਜੀ ਨਾਲ ਸ਼ੁਰੂ ਹੋਇਆ ਇੱਥੋਂ ਸ਼ੁਰੂ ਹੋਇਆ ਜੀ ਸਾਰੀ ਜ਼ਿੰਦਗੀ ਦੀ ਸਮਝ ਲਓ ਵੀ ਜਿਹੜੀ ਉਹ ਕਾਇਦਾ ਇੱਥੋਂ ਸ਼ੁਰੂ ਹੋਇਆ ਹਾਂਜੀ ਕੇਸਰ ਸਿੰਘ ਜਾਣੀ ਤੁਸੀਂ ਦੋ ਇਨਸਾਨ ਹਾਂਜੀ ਹਾਂ ਹਾਂ ਜਿਵੇਂ ਸਿੰਘ ਟਿੱਕੀ ਜਿਹੜੀ ਬਹੁਤ ਦੋਨੇ ਹਾਂਜੀ ਦੋਨੇ ਜਾਣੇ ਪੁਰਾਣੇ ਹੋ ਇਹਨਾਂ ਵਿੱਚ ਇਹ ਗੱਲ ਕਹਿ ਸਕਦੇ ਹਾਂ ਅੱਛਾ ਤੁਹਾਡੇ ਮਨ ਦੇ ਵਿੱਚ ਕਦੇ ਇਹ ਨਹੀਂ ਆਇਆ ਵੀ ਤੁਸੀਂ ਵੀ ਇੱਕ ਇਸ ਲਾਈਨ ਦੇ ਵਿੱਚ ਆਪਦਾ ਗੀਤ ਕੋਈ ਰਿਕਾਰਡ ਆਪ ਕਰਵਾਓ ਪਹਿਲਾਂ ਉੱਥੇ ਮੈਨੂੰ ਇੰਨਾ ਹੀ ਬੜਾ ਚਾਅ ਸੀ ਪਹਿਲਾਂ ਗਾਣੇ ਮੇਰਾ ਕਰਵਾਉਂਦੇ ਸੀ ਉਹ ਅੱਛਾ ਪਹਿਲਾ ਗਾਣਾ ਧਾਰਮਿਕ ਮੇਰਾ ਹੁੰਦਾ ਸੀਗਾ ਅੱਛਾ ਜੀ ਉਸ ਤੋਂ ਬਾਅਦ ਅਮਰਜੋਤ ਜੀ ਦਾ ਫਿਰ ਇਹਨਾਂ ਨੇ ਦੁਕਾਨੇ ਸ਼ੁਰੂ ਕਰ ਦੇਣੇ ਇਹ ਤਾਂ ਮੈਂ ਕਈ ਵੀਡੀਓ 'ਚ ਦੇਖਿਆ ਵੀ ਹਾਂ ਤੁਹਾਡਾ ਜਿਹੜਾ ਧਾਰਮਿਕ ਹੁੰਦਾ ਸੀਗਾ ਹਾਂ ਭੈਣ ਭਾਈ ਕੋਈ ਦਲਗੀਰ ਨਾਨਕ ਛੇਤੀ ਫਿਰ ਪਾਇਆ ਮੇਰੇ ਵੀਰ ਨਾਨਕ ਹਾਂ ਇਹ ਵੀਡੀਓ ਮੇਰੇ ਜਿਹਨਾਂ ਵੀਰਾਂ ਨੇ ਮੇਰੀ ਪਾਈ ਹੋਈ ਦੇਖੀ ਹੋਣੀ ਹੈ ਉਹ ਮੈਂ ਤੁਹਾਨੂੰ ਉਹ ਹਾਂ ਉਹ ਜ਼ਰੂਰ ਸੁਣਾ ਵੀ ਦੱਸ ਸਕਦਾ ਸੁਣਾ ਦੂੰ ਮੈਂ ਹਾਂ ਸੁਣਾਓ ਹੈ ਬਿਲਕੁਲ ਸੁਣਾਓ ਹਲਕਾ ਆ ਹਾਂ ਉਹ ਜ਼ਰੂਰ ਸੁਣਾਓ दलगीर नानका भैन तेरी होई दलगीर नानका छेती फेरा पाया मेरे वीर नानका छेती फेरा पाया मेरे वीर नानका फुलका तवे दे उत्ते वेख फुलिया तांग तेरी विच नैनो नीर डुलिया तांग तेरी विच नैनो नीर डुलिया तेरे लई बनाई तेरे लई बनाई हथी खीर नानका छेती फेरा पाजा मेरे वीर नानका छेती फेरा पाजा मेरे वीर नानका पंछी आजाद तेरे गीत गा रहे पत्ते पत्ते विचों तेरा दीद पा रहे पत्ते पत्ते विचों तेरा दीद पा रहे तेरे वच डोरिया तेरे वच डोरिया अखीर नानका छेती फेरा पाया मेरे वीर नानका भैन तेरी होई दलगीर नानका छेती फेरा पाया मेरे वीर नानका ਦੁਆਬੇ ਚ ਤਾਂ ਜ਼ਿਆਦਾ ਬਿਲਕੁਲ ਜੀ ਜਿਹੜੇ ਲੋਕ ਨੂੰ ਭੱਡਣ ਵਾਲੇ ਨੇ ਜਿਹੜੇ ਅੱਜ ਵੀ ਜਾਣੀ ਉਹਦਾ ਨਾਮ ਲੈ ਕੇ ਰਾਜੀ ਨਹੀਂ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕਿਉਂਕਿ ਤੁਸੀਂ ਤਾਂ ਅੱਖੀ ਦੇਖਿਆ ਵੀ ਕੀ ਉਹਨਾਂ ਕੋਲ ਲੇਡੀਜ਼ ਜਾਂ ਕਹਿੰਦੀ ਹੁੰਦੀਆਂ ਨਹੀਂ ਸੀ ਹੁੰਦੀਆਂ ਸੀ
ਨਹੀਂ ਸੁਣਦੇ ਸੀ ਹਾਂ ਸੁਣਦੇ ਸੀ ਸਭ ਸੁਣਦੇ ਸੀਗੇ ਜੀ ਹਾਂ ਜੀ ਕਿਉਂਕਿ ਉਸ ਤੋਂ ਪਹਿਲਾਂ ਤਾਂ ਆਪਾਂ ਕੋਈ ਬਹੁਤ ਸੋਹਣਾ ਗਾਉਂਦੇ ਸੀ ਬਹੁਤ ਵਧੀਆ ਜੀ ਲੋਕ ਤਾਂ ਤਲਵਾਰ ਨਾਲ ਗੱਲ ਕੀਤਾ ਤੇ ਕਿੰਨਾ ਸੋਹਣਾ ਗਾਣਾ ਤੇ ਉਹ ਲੋਕਾਂ ਨੂੰ ਕੁਝ ਕਰਨ ਵਾਸਤੇ ਸਾਨੂੰ ਕਈ ਕੁਝ ਕਰਨਾ ਪੈਂਦਾ ਬਿਲਕੁਲ ਹਾਂ ਜੀ ਕਿਉਂ ਦੁਨੀਆ ਤੁਹਾਨੂੰ ਪਤਾ ਬਿਲਕੁਲ ਸਭ ਮਨ ਅਗਲੇ ਕਹਿੰਦੇ ਸੀ ਸਾਨੂੰ ਸੁਣਾਓ ਜੀ ਕੋਈ ਅਗਲਾ ਥੋੜਾ ਜਿਹਾ ਕੋਈ ਦੁਨੀਆ ਨੂੰ ਕੁਝ ਕਰਨ ਵਾਸਤੇ ਥੋੜਾ ਉਹਨਾਂ ਨੂੰ ਹੋ ਜਾ ਗਾਣਾ ਤਾਂ ਹੋ ਜਾ ਗਾਣਾ ਪੈਂਦਾ धार्मिक गाया ठीक है जिदा दुनिया सुन लेंदी कोई ऐसी गल नहीं अच्छा इंसान किस तरह के सी जी इंसान बहुत बढ़िया इंसान फिल्म हां जी और कोई हुन ऐसा वाकया याद करो या जहन दे विच कोई होवे जो प्रोग्राम दे एक भुल बन गया होवे भी हां वो जिंदगी भर नहीं भुलना भी उस कलाकार ने कटिया पखों कह लो या कोई इस तरह की स्टेज ते गल वापरी होवे मतलब कट कट से पखों कह लो या कोई कोई ऐ लगा भी यार वो प्रोग्राम ता थानू सुन चुकी ला ते याद करे हो निपड़या सी तोड़े ਜਿਵੇਂ ਇਧਰੋਂ ਆਉਣ ਬੰਦੇ ਹਨੇਰੀ ਵਾਂਗੂ ਜਿਹੜਾ ਕਣਕ ਨੀ ਵਿਧੀ ਐਵੇਂ ਜਾਂਦੇ ਬਹੁਤ ਸੇਵਾ ਕੀਤੀ ਆ ਬਹੁਤ ਹੀ ਜ਼ਿਆਦਾ ਇਹੀ ਸਭ ਤੋਂ ਲਿਆਂਦੇ ਨੇ ਕਦੇ ਮਾੜਾ ਮੋਟਾ ਅਮਰ ਨੂਰੀ ਤੇ ਸੋਨੀ ਜੀ ਇਕੱਠੇ ਨੇ ਇਹਨਾਂ ਨਾਲ ਪਜਾਮਾ ਇਹਨਾਂ ਪਤਲਾ ਪੱਗ ਬੰਨੀ ਹੋਈ ਆ ਤੁਸੀਂ ਬਹੁਤ ਕੀਮਤੀ ਗੱਲਾਂ ਜਿਹੜੀਆਂ ਨੇ ਕਰ ਰਹੇ ਹੋ ਇਹ ਲੋਕਾਂ ਦੀ ਬਹੁਤ ਚੜ੍ਹਦੀ ਜਾਣੀ ਮੰਨ ਸੀ ਵੀ ਦੀਪਾ ਤੁੰਬੀ ਵਾਲਾ ਕੀ ਕਰ ਰਿਹਾ ਕਿਸ ਨਾਲ ਰਹਿ ਰਿਹਾ ਕਿਸ ਹਾਲਾਤ ਦੇ ਵਿੱਚ ਰਹਿ ਰਿਹਾ ਮੈਨੂੰ ਤੁਹਾਡਾ ਜਾਣੀ ਰਹਿਣ ਸਹਿਣ ਦੇਖ ਕੇ ਜਾਣੀ ਇੱਕ ਅਚੰਭਾ ਵੀ ਹੋਇਆ ਕਿਉਂਕਿ ਮੇਰੇ ਮਨ ਦੇ ਵਿੱਚ ਪਿਕਚਰ ਇਹ ਬਣੀ ਹੋਈ ਸੀ ਵੀ ਦੀਪਾ ਤੁੰਬੀ ਵਾਲਾ ਬਹੁਤ ਵੱਡਾ ਬਹੁਤ ਜਾਣੀ ਹਾਂਜੀ ਤੁਸੀਂ ਆਪਦੀ ਹੋਣ ਵਾਲੀ ਜ਼ਿੰਦਗੀ ਤੋਂ ਸੰਤੁਸ਼ਟ ਹੋ ਜੀ ਜਾਂ ਕੀ ਤੁਹਾਡੀ ਰੀਝ ਆ
रीज मेरी की है जी, मैं कहना जिदा कोई स्टार बनता मैं भी दुनिया च इदा प्रचलित होव, पर हालात जो कुछ है ज दुनिया को पता ही नहीं है। हूँ आया था अभी सामू कहते लोग बड़ा तो व्डा तो थोड़े सामने ही है, मैं किन्ना व्डा बिल्कुल जो इंसान अमरसन चमकीला जी जो भी दुनिया दर्शक भी बैठी मेरी वीडियो देखोगी जो भी इस मेरे वीर की मदद करनी चाहते हैं तो ये आपका नंबर खोलेंगे ਤੁਸੀਂ ਇਹਨਾਂ ਨਾਲ ਸਿੱਧਾ ਰਾਬਤਾ ਕਰ ਸਕਦੇ ਹੋ। ਕੋਈ ਵੀ ਕਿਸੇ ਖੁਸ਼ੀ ਗਮੀ ਦੇ ਮੌਕੇ 'ਤੇ ਇਹਨਾਂ ਨੂੰ ਕੋਈ ਮੌਕਾ ਦੇਣਾ ਹੋਵੇ ਅਤੇ ਸਿਰ ਕੌਣ ਕਿਹਨਾਂ ਨੇ ਹੈਲਪ ਕਰਨੀ ਹੋਵੇ ਕੁਛ ਵੀ ਕਰਨਾ ਹੋਵੇ ਤਾਂ ਦੀਪਾ ਜੀ ਤੁਸੀਂ ਆਪਦਾ ਇੱਕ ਵਾਰੀ ਨੰਬਰ ਜ਼ਰੂਰ ਬੋਲ ਦਿਓ। ਮੇਰਾ ਨੰਬਰ ਹੈ 99156 99156 86128 86128 99156 86128 ਇਹ ਦੀਪਾ ਜੀ ਦਾ ਨੰਬਰ ਹੈ। ਔਰ ਇੱਕ ਗੱਲ ਇਹਦੇ ਨਾਲ ਨਾਲ ਹੋਰ ਮੈਂ ਕਹਾਂਗਾ ਵੀ ਇਸ ਨੰਬਰ ਦੇ ਉੱਪਰ ਤੁਸੀਂ ਜਦੋਂ ਵੀ ਚਾਹੋ ਇਹਨਾਂ ਨਾਲ ਤੁਸੀਂ ਆਪਦਾ ਰਾਬਤਾ ਕਾਇਮ ਕਰ ਸਕਦੇ ਹੋ, ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ, ਇਹਨਾਂ ਦੀ ਹੈਲਪ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਜੋ ਵੀ ਉਸ ਜੋੜੇ ਨੂੰ ਪਿਆਰ ਕਰਦੇ ਹੋ। ਔਰ ਤੁਹਾਡੇ ਸਾਰਿਆਂ ਵੱਲੋਂ ਜਿਹੜਾ ਇੱਕ ਮੇਰਾ ਜ਼ਰੂਰੀ ਸਵਾਲ ਬਣਦਾ ਹੈ, ਕੋਈ ਇਸ ਤਰ੍ਹਾਂ ਦੀ ਹੋਰ ਕੋਈ ਗੱਲ ਰਹਿ ਗਈ ਹੋਵੇ ਦੀਪਾ ਜੀ ਜਾਂ ਇਹਨਾਂ ਦੇ ਸਾਜ ਵਜਾਉਣ ਵਾਲਾ ਹੋਵੇ ਜਦੋਂ ਮਨ ਦੀ ਰੀਝ ਹੋਵੇ ਤਾਂ ਤੂੰਬਾ ਜਾਂ ਕੁਛ ਵੀ ਮੈਂ ਤੂੰਬਾ ਵੀ ਪਿਆ ਦੇ ਹਾਂ ਇੱਕ ਥੋੜ੍ਹਾ ਜਿਹਾ ਇਹਦਾ ਵੀ ਹੋ ਜਾਵੇ। ਹਾਂਜੀ अपने भरावां भैणां दे भी बहुत उहनां दा धन्नवाद होगा साडे नाल सानूं भी दर्शन जा फोन ते गल करनगे साडा मन खुश होगा और मैं चाहना भी तुहाडे अर्गां दा मेरे ते आशीर्वाद बनिया रहे मैं लोकां दे ਠੀਕ ਹੈ ਜੀ ਸਾਨੂੰ ਕੰਮ ਕਰਦਾ ਰਹਾਂ। ਅੱਛਾ ਜਾਣ ਤੋਂ ਪਹਿਲਾਂ ਕੋਈ ਸੁਨੇਹਾ ਇੱਕ ਲਾਸਟ ਕੋਈ ਮੇਰੇ ਵੀਰਾਂ ਨੂੰ ਕੋਈ ਸੁਨੇਹਾ ਉਹਦੇ ਬਣੇ ਦੇਣਾ ਹੋਵੇ ਗਾਇਕੀ ਬਣੀ ਜਾਂ ਕੁਛ ਵੀ ਤਾਂ ਦੇ ਸਕਦਾ। ਸੁਨੇਹਾ ਮੇਰਾ ਇਹ ਹੈ ਆਪਣੇ ਵੀਰਾਂ ਭੈਣਾਂ ਦੋਸਤਾਂ ਸਾਰਿਆਂ ਨੂੰ ਵੀ ਅੱਛਾ ਸੁਣੋ ਅਤੇ ਅੱਛਾ ਹੀ ਜੋ ਕੋਈ ਗਾਉਂਦਾ ਉਹਨੂੰ ਵੀ ਹੈ ਅੱਛਾ ਗਾਓ ਅੱਛਾ ਲਿਖੋ ਸਾਫ਼ ਸੁਥਰਾ ਵਧੀਆ ਉਹਦੇ 'ਚ ਆਪਾਂ ਨੂੰ ਫਾਇਦਾ ਅਤੇ ਰੱਬ ਕੋਲ ਵੀ ਜਾ ਕੇ ਵਧੀਆ ਹਾਜ਼ਰੀ ਲੱਗਦੇ। ਦੋ ਤਿੰਨ ਵਾਰੀ ਇੰਨਾ ਕੱਟ ਦਿਖਾਇਆ ਗਿਆ ਸੀਗਾ ਜੀ ਓਹਦੇ ਵਿਚ
ਜਿਵੇਂ ਸਦੀਕ ਸਾਹਿਬ ਵੀ ਸੀਗਾ, ਹਰਭਜਨ ਦੱਬਲ ਵੀ ਸੀਗਾ, ਹਾਂਜੀ ਹਾਂਜੀ ਠੀਕ ਹੈ ਜੀ, ਗੁਰਚਰਨ ਕੋਹਲੀ ਵੀ ਸੀਗਾ, ਉਹ ਗੀਤ ਕਹਿੰਦੇ ਨੇ ਲੋਕ ਤਾਂ ਇਹ ਵੀ ਕਹਿੰਦੇ ਨੇ ਅੱਜ ਤੱਕ ਇਹ ਗੱਲ ਜੁੜੀ ਹੋਈ ਹੈ ਜੇ ਫਿਲਮ ਸੁਪਰ ਡੁਪਰ ਹਿੱਟ ਹੋਈ ਹੈ ਤਾਂ ਉਸ ਗੀਤ ਕਰਕੇ ਹੋਈ ਹੈ, ਸਹਿਮਤ ਹੋਏ ਗੱਲ ਨਾਲ? ਕਿਉਂਕਿ ਸਭ ਤੋਂ ਪਹਿਲਾਂ ਤੁਹਾਡੀ ਚਿਹਰਾ ਨਜ਼ਰ, ਉਹ ਗੀਤ ਨੂੰ ਲੋਕੀ ਦੇਖਣ ਗਏ ਸੀ ਪਿਕਚਰ ਜੀ, ਕੋਈ ਚੱਲਿਆ ਜ਼ਿਆਦਾ, ਪਰ ਉਹਦੇ ਨਾਲ ਇੱਕ ਤੁਹਾਡਾ ਵੀ ਜਾਣੀਏ ਸੁਪਨਾ ਜਿਵੇਂ ਅਸੀਂ ਕਹਾਂਗੇ ਵੀ ਉਹਦੇ ਵਿੱਚ ਬਹੁਤ ਅੱਛਾ ਲੱਗਿਆ ਜਦੋਂ ਤੁਸੀਂ ਦੇਖਣ ਗਏ, ਸਭ ਤੋਂ ਪਹਿਲਾਂ ਤੁਹਾਡੇ ਚਿਹਰਾ ਦਿਖਾਇਆ ਜਾਂਦਾ। ਹਾਂਜੀ ਹਾਂਜੀ, ਚਲੋ ਦੀਪਾ ਜੀ ਤੁਸੀਂ ਸਾਨੂੰ ਟਾਈਮ ਦਿੱਤਾ, ਇੱਕ ਛੋਟੀ ਜਿਹੀ ਅੱਜ ਮੈਂ ਇੰਟਰਵਿਊ ਲੋਕਾਂ ਸਾਹਮਣੇ ਪੇਸ਼ ਕਰ ਰਿਹਾ, ਅਗਲੇ ਹੰਕਾਰ ਜੀ ਉਡੀਕ ਦੇ ਵਿੱਚ ਤੁਹਾਡਾ ਆਪਣਾ ਬਲਤੇਜ ਰਾਂ ਔਰ ਦੀਪਾ ਤੁੰਬੀ ਵਾਲਾ ਜੀ, ਅੱਜ ਦੀ ਨਿਕਾਲ ਜੀ ਕਬੂਲ ਕਰਿਓ, ਤੁਹਾਡੇ ਹੰਕਾਰ ਜੀ ਉਡੀਕ ਕਰਾਂਗੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।